ਬੀਤੀ ਅਪ੍ਰੈਲ ਨੂੰ ਕਿਸਾਨਾਂ ਵੱਲੋਂ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰ ਗੇਟਾਂ ਨੂੰ ਤਾਲਾ ਲਗਾ ਦਿੱਤਾ ਗਿਆ ਸੀ ਅਤੇ ਮਾਰਕੀਟ ਕਮੇਟੀ ਦੇ ਵਰਕਰਾਂ ਵੱਲੋਂ ਇਸ ਤੋਂ ਬਾਅਦ ਗੁੱਸੇ ਵਿੱਚ ਧਰਨਾ ਲਗਾ ਦਿੱਤਾ ਗਿਆ ਅਤੇ ਉਹਨਾਂ ਦੇ ਕੰਮ ਦੇ ਵਿੱਚ ਰੁਕਾਵਟ ਪਾਉਣ ਵਾਲੇ ਕਿਸਾਨਾਂ ਖਿਲਾਫ਼ ਕੇਸ ਦਰਜ ਕਰਨ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਅਤੇ ਮੰਗ ਪੱਤਰ ਦੇ ਵਿੱਚ ਦੋ ਕਿਸਾਨਾਂ ਦੇ ਨਾਮ ਵੀ ਲਏ ਗਏ ਨੇ ਅਤੇ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਗਿਆ ਹੈ ਅਤੇ ਜਿਸ ਕਾਰਨ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੇ ਇਕੱਠੇ ਹੋ ਕੇ ਇਹ ਮੰਗ ਪੱਤਰ ਦਿੱਤਾ ਹੈ। ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਕਿ ਜਿਹੜੀ ਵੀ ਮਤਲਬ ਤੁਸੀਂ ਮੰਗ ਰੱਖੀ ਉਹਦੇ 'ਤੇ ਕਾਰਵਾਈ ਕੀਤੀ ਜਾਊਗੀ ਅਤੇ ਸਾਨੂੰ ਭਰੋਸਾ ਵੀ ਹੈਗਾ ਗਾ ਵੀ ਉਹ ਕਾਰਵਾਈ ਕਰਨਗੇ। ਕੀ ਘਟਨਾ ਹੋਈ ਸੀ ਉਸ ਦਿਨ? ਸਰ, ਸਾਡੇ ਦਫ਼ਤਰ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਆਏ ਸੀਗੇ, ਉਹਨਾਂ ਨੇ ਗੁੰਡਾਗਰਦੀ ਕੀਤੀ, ਗਾਲੀ ਗਲੋਚ ਕੀਤਾ ਅਤੇ ਇੱਕ ਔਰਤ ਨੂੰ ਕੁੱਟਮਾਰ ਵੀ ਕੀਤੀ। ਮਾਮਲਾ ਇਹ ਹੈ ਜੀ, ਪਿਛਲੇ ਦਿਨ ਹੀ ਮਾਰਕੀਟ ਕਮੇਟੀ ਸ਼੍ਰੀ ਮੁਕਤਸਰ ਸਾਹਿਬ ਦੇ ਦਫ਼ਤਰ ਵਿਖੇ ਕੁਝ ਹੜਦੂੰਗੀਆਂ ਵੱਲੋਂ, ਗੁੰਡਿਆਂ ਵੱਲੋਂ, ਗੁੰਡਾ ਸ਼ਰਾਰਤੀ ਅਨਸਰਾਂ ਵੱਲੋਂ ਜਿਹੜੀ ਮਾਰਕੁੱਟ ਕੀਤੀ ਗਈ ਹੈ, ਭੰਨਤੋੜ ਕੀਤੀ ਗਈ ਹੈ, ਗਾਲੀ ਗਲੋਚ ਕੀਤਾ ਗਿਆ, ਉਹਦੇ ਸੰਬੰਧ ਵਿੱਚ ਡੀ ਸਾਹਿਬ ਨੂੰ ਅਸੀਂ ਅੱਜ ਯਾਦ ਪੱਤਰ ਦਿੱਤਾ। ਇਹ ਘਟਨਾ 19 ਤਰੀਕ ਦੀ ਹੈ ਜੀ, ਮੰਗ ਪੱਤਰ ਅਸੀਂ ਪਹਿਲਾਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਵੱਲੋਂ ਮੰਗ ਪੱਤਰ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਅੱਜ ਅਸੀਂ ਯਾਦ ਪੱਤਰ ਦਿੱਤਾ ਤਾਂ ਅਤੇ ਸਾਡੀ ਮੰਗ ਇਹੀ ਹੈ ਕਿ ਇਹਨਾਂ ਗੁੰਡਾ ਅਨਸਰਾਂ ਦੇ ਵਿਰੁੱਧ FIR ਦਰਜ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਡੀ ਸਾਹਿਬ ਨੇ ਕੀ ਆਖਿਆ ਤੁਹਾਨੂੰ? DC ਸਾਹਿਬ ਨੇ ਜੀ ਅੱਗੇ ਪੱਤਰ ਮਾਰਕ ਕਰਤਾ ਜੀ, SSP ਸਾਹਿਬ ਨੂੰ, ਪੁਲਿਸ ਨੂੰ ਮਾਰਕ ਕਰਤਾ ਅਤੇ ਸਾਨੂੰ ਉਮੀਦ ਆ ਵੀ ਹੁਣ ਪੁਲਿਸ ਕਾਰਵਾਈ ਕਰਕੇ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਜੇਕਰ ਕਾਰਵਾਈ ਨਹੀਂ ਹੁੰਦੀ ਤਾਂ ਕੀ ਅਗਲਾ ਸੰਘਰਸ਼ ਕੀ ਹੋਏਗਾ? ਜੇਕਰ ਕਾਰਵਾਈ ਨਹੀਂ ਹੁੰਦੀ ਜੀ ਤਾਂ ਸਾਡੇ ਵੱਲੋਂ ਪੰਜਾਬ ਪੱਧਰ ਉੱਪਰ ਮੰਡੀਆਂ ਦੇ ਵਿੱਚ ਸਟ੍ਰਾਈਕ ਕੀਤੀ ਜਾਊਗੀ। ਹਾੜੀ ਸੀਜ਼ਨ ਚੱਲ ਰਿਹਾ, ਸਾਡੀ ਕੋਸ਼ਿਸ਼ ਹੈ ਕਿ ਸਾਡਾ ਇਹ ਮਸਲਾ ਨਿਬੇੜ, ਮਤਲਬ ਉਹਨਾਂ ਬੰਦਿਆਂ ਨੂੰ ਅਰੈਸਟ ਕਰ ਲਿਆ ਜਾਵੇ। ਜੇਕਰ ਨਹੀਂ ਅਰੈਸਟ ਕੀਤਾ ਜਾਂਦਾ ਤਾਂ ਸਾਨੂੰ ਮਜਬੂਰਨ ਪੰਜਾਬ ਪੱਧਰ 'ਤੇ ਮੰਡੀਆਂ ਦੇ ਵਿੱਚ ਸਟ੍ਰਾਈਕ ਕਰਨੀ ਪੈਣੀ ਹੈ, ਜਿਹਦੇ ਨਾਲ ਕੀ ਹੈ ਖਰੀਦ ਦਾ ਚੱਲ ਰਿਹਾ ਸੀਜ਼ਨ ਪ੍ਰਭਾਵਿਤ ਹੋਵੇਗਾ। ਉਧਰ ਡਿਪਟੀ ਕਮਿਸ਼ਨਰ ਵੱਲੋਂ ਮੰਗ ਪੱਤਰ ਲੈਂਦਿਆਂ ਹੋਇਆਂ ਭਰੋਸਾ ਦਵਾਇਆ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਪੱਤਰਕਾਰਾਂ ਨੂੰ ਉਹਨਾਂ ਕਿਹਾ ਹੈ ਕਿ ਜਾਂਚ ਦੇ ਲਈ ਉਹਨਾਂ ਨੇ SSP ਨੂੰ ਬੁਲਾਇਆ ਹੈ ਅਤੇ ਇਸ ਦੀ ਪੜਤਾਲ ਕਰਨ ਤੋਂ ਬਾਅਦ ਕੋਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮਾਰਕੀਟ ਕਮੇਟੀ ਮੁਕਤਸਰ ਵਿੱਚ 2 ਦਿਨਾਂ ਪਹਿਲੇ 19 ਨੂੰ ਕੁਛ ਕਿਸਾਨ, 2-3 ਕਿਸਾਨ ਵੜ ਗਏ ਸੀਗੇ ਅਤੇ ਉਹਨਾਂ ਨੇ ਅਪਸ਼ਬਦ ਕਹੇ ਅਤੇ ਉਹਨਾਂ ਨੇ ਉਹਨਾਂ ਨੂੰ ਸ਼ਾਇਦ ਥੋੜ੍ਹੀ ਬਹੁਤ ਹਾਥਾਪਾਈ ਵੀ ਹੋਈ ਹੈ ਅਤੇ ਮੇਨਲੀ ਅਪਸ਼ਬਦ ਕਹੇ ਹੈਗੇ ਇਹ ਇਹਨਾਂ ਦਾ ਕੰਪਲੇਂਟ ਹੈਗਾ ਮਾਰਕੀਟ ਕਮੇਟੀ ਅਤੇ ਮੁਲਾਜ਼ਮਾਂ ਦਾ। ਅਤੇ ਇਹ ਕੱਲ੍ਹ ਮੇਰੇ ਪਾਸ ਆਏ ਸੀਗੇ, ਮੈਨੇ ਉਹਨਾਂ ਦੀ ਕੰਪਲੇਂਟ ਅੱਗੇ ਇਨਕੁਆਇਰੀ ਲਈ ਮਾਰਕ ਕੀਤੀ ਹੈ ਕਿਉਂਕਿ ਬਿਨਾਂ ਤੱਥ ਨੂੰ ਜਾਣੇ ਅੱਗੇ ਕਾਰਵਾਈ ਕਰਨੀ ਉਚਿਤ ਨਹੀਂ ਹੋਏਗੀ। ਅੱਜ ਵੀ ਆਏ ਹੈਗੇ, ਮੈਨੇ ਇਹਨਾਂ ਨੂੰ SSP ਸਾਹਿਬ ਨੇ ਦੇ ਕੋਲ ਭੇਜਿਆ ਹੈਗਾ ਕਿ ਇੱਕ ਵਾਰ ਪੁਲਿਸ ਤੁਰੰਤ ਛੇਤੀ ਪੜਤਾਲ ਕਰਕੇ, ਮੇਰੇ ਔਰਡਰਸ ਹੈ ਕਿ ਤੁਰੰਤ ਛੇਤੀ ਪੜਤਾਲ ਕਰਕੇ ਕਿਉਂ ਹੋਇਆ ਅਤੇ ਉਹਨਾਂ ਨੇ ਕੀ ਕਿਹਾ, ਕੋਈ ਰਿਕਾਰਡਿੰਗ ਵਗੈਰਾ ਹੋ ਉਹਨਾਂ ਤੋਂ ਦੇਖਦੇ ਹੋਏ ਅੱਗੇ ਲਾਅ ਦੇ ਅੰਦਰ ਬਣਦੀ ਕਾਰਵਾਈ ਤੁਰੰਤ ਕਰੇ ਤਾਂ ਕਿ ਲੋਕ ਜੇ ਮਾਰਕੀਟ ਕਮੇਟੀ ਦੇ ਮੁਲਾਜ਼ਮ ਹੈਗੇ ਉਹ ਸੁਰੱਖਿਅਤ ਮਹਿਸੂਸ ਕਰਨ ਅਤੇ ਆਪਣੀ ਜੋ ਡਿਊਟੀ ਹੈ ਉਹ ਸਹੀ ਸੇ ਨਿਭਾ ਸਕਣ। ਮੁਕਤਸਰ ਤੋਂ AH ਟੁੱਡੀ ਦੀ ਰਿਪੋਰਟ, ਜਗਬਾਣੀ TV।